ਮੈਨੂੰ ਬਿਜਲੀ ਬੰਦ ਕਰ ਦੋ ਸਟੇਜ, ਕਿਰਪਾ ਕਰਕੇ 5 ਮਿੰਟ ਲਈ ਬੰਦ ਕਰ ਦਿਓ, ਸਾਰਿਆਂ ਨੂੰ ਵੀ ਮੰਚ ਜ਼ਰੂਰ ਖਾਲੀ ਕਰ ਦਿਓ। ਖੁਸ਼ੀ ਦੀ ਗੱਲ ਇਹ ਹੈ, ਮੈਂ ਖੰਨੇ ਦੇ ਵਿੱਚ ਪਹਿਲੀ ਵਾਰੀ ਪਰਫਾਰਮ ਕਰ ਰਿਹਾ, ਇੱਕ ਵਾਰੀ ਇਸ ਗੱਲ ਕਰ ਰਿਹਾ। ਇਹ ਮੈਂ ਸੋਚਿਆ ਹੋਇਆ ਸੀ ਰਵਿੰਦਰ ਸਿੰਘ ਦੇ ਹੱਥ ਚੜ੍ਹਦੀ ਕਲਾ ਦਾ ਜਾਗਰਾ ਲਾ ਕੇ ਜਾਊਂ, ਸੋਹਣਾ ਲੱਗ ਰਿਹਾ ਰਵਿੰਦਰ ਰਾਜਾ ਜੀ। ਹੋ ਕਿਆ ਕਹਾਂ, ਸੋ ਤੁਹਾਨੂੰ ਦੁਸਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ, ਕਲਾ ਚ ਰੱਖੇ ਖੁਸ਼ੀਆਂ ਦੇ, ਸੋ ਸਾਰੀ ਕਮੇਟੀ ਨੂੰ ਦੁਸਹਿਰੇ ਦੀ ਬਹੁਤ ਬਹੁਤ ਮੁਬਾਰਕਾਂ। ਸੋ ਕਰਦੇ ਹਾਂ ਸ਼ੁਰੂ, ਰੱਬ ਦਾ ਨਾਂ ਲੈ ਲਈਏ ਪਹਿਲਾਂ ਇੱਕ ਵਾਰੀ, ਰਾਜਕੁਮਾਰ ਮੈਨੂੰ ਹਾਏ ਤੂੰ ਦੱਸ ਤੇਰੇ ਤਾਈ ਮੇਰੇ ਮਾਲਕਾ, ਉਂਗਲੀ ਤੋਂ ਫੜ ਕੇ ਚਲਾਈ ਮੇਰੇ ਮਾਲਕਾ, ਕਿਤੇ ਪੈਸੇ ਦੀ ਪਰਤ ਚੜ੍ਹ ਜਾਏ, ਕਿਤੇ ਪੈਸੇ ਦੀ ਪਰਤ ਚੜ੍ਹ ਜਾਏ, ਮੈਂ ਕਿਤੇ ਬੰਦਾ ਨਾ ਸੀ ਬਹੁਤ ਰੱਬਾ, ਇੰਨੀ ਵੀ ਅਮੀਰੀ ਨਾ ਦਈ, ਰਾਜਕੁਮਾਰ ਮੈਨੂੰ ਜੀ ਕੋਈ ਹੋਰ ਬੰਦਾ ਨਾ ਚੜ੍ਹੇ,
ਰੱਬ ਦੇ ਨਾਲ ਵੀ ਲਾ ਦੋ ਖੁੱਲ ਕੇ। ਵੱਡੇ ਬੰਦੇ ਕਿਹਨੇ ਸੁਣਿਆ? ਲੈ ਜਿਹਨੇ ਸੁਣਿਆ ਨਾਲ ਨਾਲ ਗਾਇਓ ਫਿਰ। ਗਲੀਆਂ ਵਿੱਚ ਘੁੰਮਦੇ ਨੇ ਐਨਕਾ ਲਾਵਾ ਐਨਕਾਂ ਦਾ ਘੀਰੇ ਹੋ ਅੱਗੇ। ਗਲੀਆਂ ਵਿੱਚ ਘੁੰਮਦੇ ਨੇ ਆਸ਼ਿਕ ਕਈ ਕਿਸਮਾਂ ਦੇ, ਟਾਵੇ ਟਾਵੇ ਰੂਹਾਂ ਦੇ, ਜ਼ਿਆਦਾ ਨੇ ਜਿਸਮ ਹਾਰੇ, ਜਿਹੜੇ ਕਰਦੇ ਦਿਲ ਲਗੀਆਂ ਲੱਗੀ ਕਿਹਨੇ ਕਿਹਨੇ ਕੀਤੀ ਆ। ਇੱਕ ਜ਼ਰੂਰੀ ਬੇਨਤੀ ਹੈ ਕਿ ਜੋ ਵੀ ਆਈ ਪੀ ਸਟੇਜ ਹੈ ਜਿੱਥੇ ਸਾਡੇ ਚੀਫ ਗੈਸਟ ਆਉਣਗੇ, ਉਸ ਕੈਬਨ ਦੇ ਵਿੱਚ ਲਿਸਟਡ ਬੰਦੇ ਹੀ ਆਉਣਗੇ। ਮੈਂ ਕੱਲੀ ਸਹੇਲੀ ਦੀ ਗੱਲ ਨਹੀਂ ਕਰਦਾ, ਲਿਸਟ ਬਣੀ ਹੋਈ ਹੈ ਬੇਬੇ ਬਾਪੂ ਨਾਲ ਦੇ ਲੱਗੀ ਕਿਹਨੇ ਕਿਹਨੇ ਕੀਤੀ ਹੈ। ਵੀ ਆਈ ਪੀ ਕੈਬਨ ਦੇ ਵਿੱਚ ਆਉਣਗੇ, ਜਿਹੜੇ ਕਰਦੇ ਦਿਲ ਲਗੀਆਂ ਇਸ਼ਕ ਦੇ ਵਿੱਚ ਭਰੀ ਹੋਈ ਲੈਂਡ ਕਰੂਜ਼ਰ ਵਾਲਿਆਂ ਦੇ, ਇਹ ਕੁੜੀ ਲੈਂਡ ਨਾ ਜੁੜੀ ਹੋਈ ਹੈ, ਲੱਖਾਂ ਹੀਰਾ ਬਿਲਕਦੀਆਂ ਹੈ, ਲੱਖਾਂ ਹੀਰਾ ਬਿਲਕਦੀਆਂ, ਰਾਂਝਾ ਨੇ ਛੱਡੀਆਂ ਨੇ। ਹਾਏ ਜੀ ਤੁਸੀਂ ਵੱਡੇ ਬੰਦੇ ਹੋ, ਜਿੰਨਾ ਟਾਈਮ ਸਾਰੇ ਪੰਡਾਲ ਦੀ ਆਵਾਜ਼ ਨਹੀਂ ਆਉਂਦੀ ਮੈਂ ਗਾਣਾ ਨਹੀਂ ਸ਼ੁਰੂ ਕਰਨਾ।
ਹੋ ਜੀ ਤੁਸੀਂ ਵੱਡੇ ਬੰਦੇ ਹੋ, ਧੰਨੇ ਵਾਲਿਓ ਤੁਸੀਂ ਵੱਡੇ ਬੰਦੇ ਹੋ, ਪੈਸੇ 'ਚ ਵੱਡੇ ਨਹੀਂ ਮੈਂ ਕਹਿੰਦਾ ਦਿਲ ਤੋਂ ਵੱਡੇ ਹੋ, ਗੱਲਾਂ ਵੀ ਵੱਡੀਆਂ ਨੇ, ਥੱਲੇ ਸੀਟ ਤੇ ਦੁਨਾਲੀ ਹੁੰਦੀ ਹੈ, ਥੱਲੇ ਸੀਟ ਤੇ ਦੁਨਾਲੀ ਹੁੰਦੀ ਹੈ, ਮੇਰੇ ਤੋਂ ਕੁਝ ਗਲਾਕ ਹੁੰਦਾ ਹੈ, ਗੈਲਰੀ ਦੇ ਵਿੱਚ ਆ ਜਾ
ਹੈ ਜਿਵੇਂ ਅਸੀਂ ਮਹਾਨ ਕਾਪੀ ਵਾਲੇ ਵਰਗੇ ਸੁਣਿਆ ਹੈ ਤੁਸੀਂ ਧੂਰੀ ਜੱਟ ਬਿਨਾ ਮਿਲੋ ਸਾਰਿਆਂ ਦੀ ਕਿਸੇ ਵੱਲ ਵੇਖਣ ਹਮੇ ਅੱਖ ਭਰ ਹੈ ਕਲਾ ਵੇਲੋ ਜਾਂਦੀ ਹੈ ਗਰੋਥ ਕਰਦੀ ਬਸ ਵਿੱਚ ਲੈਣੀ ਤਾਰ ਬਸ ਪਿੱਛੇ ਲੱਗਣੇ ਸਟਾਰ ਨੇ ਤਾਰ ਨੇ ਤੂੰ ਤੁਸੀਂ ਕਰਵਾਈ ਅਗਲੇ ਇੱਕ ਵਾਰੀ ਆਪਣੇ ਲਈ ਜ਼ੋਰਦਾਰ ਤਾੜੀਆਂ ਮਾਰ ਦੋ ਲੱਲੀ ਛੱਲੀ ਕੋਲੋਂ ਡਰ ਚੂਰ ਹੋਈ ਨਾ ਕਾਜਾਂ ਵਾਲੇ ਹੋ ਗਏ ਜੱਟ ਨਾਲ ਹੋਏਗੀ ਮਾਰੇ ਕੰਮ ਵਿੱਚ ਤੂੰ ਵੀ ਖੈਰ ਸੁੱਖ ਰੱਖੇ ਰੱਬ ਸਿਰੇ ਹੈ ਤੇਰੀ ਮੇਰੀ ਲਾਈਫ ਦਾ ਟ੍ਰਿਪ ਬਣਿਆ ਵੇਖੀ ਢਿੱਲਾ ਛੱਡੀ ਨਾ ਜਿਉਣ ਜੋਗੀਏ ਗੋਰੀਆਂ ਬਾਹਰ ਬਣੇ ਹੋਏ ਗ੍ਰਿਪ ਗੁਰੂ ਦੀ ਪਕੜ ਪਲਾ ਸੋਰੀ ਹੈ ਰੱਬ ਦੀ ਰਾਜਾ ਦੇ ਵਿੱਚ ਰਹਿਣਾ ਸਿੱਖਿਆ ਕੀਤਾ ਕਿਸੇ ਗੱਲ ਦਾ ਜ਼ਰੂਰ ਕੋਈ ਨਾ ਨੀਜੇ ਤਾਜਾ ਵਾਲੇ ਹੋ ਗਏ ਜੱਟ ਨਾਲ ਹੋਏਗੀ ਮਾੜੇ ਟਾਈਮ ਵਿੱਚ ਤੂੰ ਵੀ ਅਸਲ ਦੇ ਵਿੱਚ ਜਜ਼ਬਾਤ ਵਿੱਚ ਹੀ ਦੇ ਲੋਕੀ ਮੁੱਲ ਪਾਉਂਦੇ ਭਾਵੇਂ ਕਹਿ ਕੇ ਗੀਤ ਦਾ ਹੋਣਾ ਸਕਸੈਸ ਕੋਈ ਵੱਡੀ ਗੱਲ ਹੋਵੇ ਨਾ ਰਕਮ ਬੰਦਾ ਮਾਰਾ ਅੱਛਾ ਸਕਸੈਸ ਹੋਣਾ ਜ਼ਿੰਦਗੀ ਦੇ ਵਿੱਚ ਤਰੱਕੀ ਕਰਨੀ ਆ ਕਦੇ ਵੀ ਕਿਸੇ ਤੇ ਡਿਪੈਂਡ ਨਾ ਰਹੋ ਤਰੱਕੀ ਕਰਨੀ ਹੈ ਤਾਂ ਆਪਣੇ ਦਮ ਤੇ ਆਪਣੇ ਪੈਰਾਂ ਤੇ ਹੀ ਕਰਨੀ ਪੈਣੀ ਆ ਸਹੀ ਗੱਲ ਆ ਜਿੱਦਾਂ ਕਿਸੇ ਮੁਕਾਮ ਤੇ ਹੋਵੋਗੇ ਤਾਂ ਪਿੱਛੇ ਮੁੜ ਕੇ ਵੇਖੋਗੇ ਤੁਸੀਂ ਆਪਣੇ ਦਮ ਤੇ ਹੋਵੋਗੇ ਅਜੇ ਕੋਈ ਨਹੀਂ ਚਾਹੁੰਦਾ ਆਪਣੇ ਬਰਾਬਰ ਕੋਈ ਲਿਆ ਕੇ ਕਿਸੇ ਨੂੰ ਖੜਾ ਕਰ ਦੇਵੇ ਆਹ ਬੱਲੇ ਚੋਪਰਾ ਆਹ ਜਵਾਨੀ ਏਦਾਂ ਹੀ ਸਾਂਭ ਕੇ ਰੱਖੋ ਚੱਕ ਫਲਾਈ ਕਿਸ ਕਰੀ ਇਹ ਪੰਜਾਬ ਚੌੜੀਆਂ ਛਾਤੀਆਂ ਤੇ ਮੋਟੇ ਡੋਲਿਆਂ ਕਰਕੇ ਜਾਣਿਆ ਜਾਂਦਾ ਮੇਰਾ ਵੀ 7-8 ਕਿਲੋ ਵੇਟ ਵੱਧ ਗਿਆ ਸੀ ਅਮੈਰੀਕਾ ਜਾ ਕੇ ਹੁਣ ਘਟਾਇਆ ਲੱਗਦਾ ਹੁਣ ਪਤਲਾ ਆ ਹੁਣ ਅਗਲੇ ਸ਼ੋਅ ਤੇ ਜਦੋਂ ਆਏ ਮਾੜੇ ਮੋਟੇ ਡੋਲੇ ਲੈ ਕੇ ਆਵਾਂਗੇ ਹਏ ਅਸਲ ਦੇ ਵਿੱਚ ਜਜ਼ਬਾਤ ਵੇਚੀ ਦੇ ਲੋਕੀ ਮੁੱਲ ਪਾਉਂਦੇ ਭਾਵੇਂ ਕਹਿ ਕੇ ਗੀਤ ਦਾ ਹਏ ਹੋਣਾ ਸਕਸੈਸ ਕੋਈ ਵੱਡੀ ਗੱਲ ਨਹੀਂ ਹੋਵੇ ਨਾ ਰਿਕਾਨੇ ਬੰਦਾ ਮਾਰਾ ਹਏ ਕੀ ਦੱਸਾਂ ਬੜੀ ਭੇਡੀ ਲੈਣ ਪਤਲੋ ਹਾਂ ਸੋਚ ਤੇ ਸਮਝ ਮੁੰਡਾ ਪਬ ਚੱਕਦਾ ਹਾਂ ਤਾਂ ਵੀ ਸਾਰੇ ਰਹਿੰਦੇ ਇਗਨੋਰ ਮਾਰਦੇ ਨਾਲੇ ਪਤਾ ਆ ਪਰਾਉਣਾ ਹਾਏ ਖੰਨੇ ਵੱਲ ਜਾਹੂੰ ਨੀ ਮੈਂ ਕਿਹੜਾ ਮੂੰਹ ਲੈ ਕੇ ਆ ਗੱਲ ਪੀ ਵੀ ਕੱਤੀ ਵਾਲੀ ਮਸ਼ਹੂਰ ਹੋਈ ਨਾ ਜਵਾਲੇ ਹੋ ਗਏ ਜੱਟ ਨਾਲ ਹੋਏਗੀ ਬਸ ਆਪੂ ਆਪਣੀ ਜਗ੍ਹਾ ਤੇ ਨੱਚਣਾ ਨਚਾ ਦੀਏ ਫਿਰ ਰੌਲਾ ਪਾ ਕੇ ਕਰਾ ਆਇਆ
ਪੋਇਜ਼ਨ ਦੱਸੋ ਕਰਾਂ ਯਾਰ ਕੰਗਣਾ ਕਹਿੰਦੀਆਂ ਕਹਾਉਂਦੀਆਂ। ਸੋ ਵੀਰ ਬਣ ਕੇ ਮੈਂ ਸਟੇਜ ਵਾਲੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਮੈਨੂੰ ਮੇਰੇ ਮਜੀਸ਼ੀਅਨ ਨਹੀਂ ਚਮਕਦੇ, ਸੋ ਥੋੜ੍ਹਾ ਜਿਹਾ ਮੈਨੂੰ ਤਾਂ ਇਹੀ ਨਹੀਂ ਪਤਾ ਲੱਗ ਰਿਹਾ ਮੇਰੇ ਬੰਦੇ ਸਾਰੇ ਆਏ ਵੀ ਹੈ ਪੂਰੇ ਕਿ ਨਹੀਂ ਭਰਾ ਬਣ ਕੇ। ਸੋ ਕਲਾ ਵਾਲੇ ਭਰਾਵਾਂ ਨੂੰ ਬੇਨਤੀ ਹੈ ਵੀਰ ਬਣ ਕੇ ਮਜੀਸ਼ੀਅਨਾਂ ਦੀ ਬੈਕ ਸਾਈਡ 'ਤੇ ਹੋ ਜਾਓ, ਪਿਆਰ ਇਹ ਵੀ ਕਰਦੇ ਨਾ ਜਿੰਨਾ ਕੋਈ ਨਹੀਂ ਕਰਦਾ। ਜ਼ਿੰਦਗੀ ਦੇ ਸਿੱਖ ਦੇ ਅਸੂਲ ਦੋਹਰੀਏ ਲਹਿਰਾਂ ਦੀ ਤਾਂ ਕਾਫੀ ਮਿੱਤਰਾਂ ਦਾ ਜ਼ਹਿਰ ਵੀ ਲਹਿਰਾਂ ਦੀ ਤਾਂ ਕਾਫੀ ਤਵੀ ਡਾਲ ਕਰੀਏ ਮਿੱਤਰਾਂ ਦਾ ਜ਼ਹਿਰ ਵੀ ਕਬੂਲ ਹੋਣਗੇ। ਆ ਜਾ ਟੋਬਰਾ ਖਿੱਚ ਕੇ ਕੰਮ ਆ ਜਾ। ਹਾਂਜੀ
ਰਾਤ ਵਿੱਚ ਹੁੰਦੀ ਹੈ ਹੁੰਦੇ ਹਰ ਸਨ ਰੂਹਾਂ
ਹਾਏ ਘਰ ਭਾਈ ਕੇ ਰੱਬ ਰੱਬ ਕਰਿਆ ਹਾਜ਼ਰ ਕੀ ਮੰਗਦੀ ਚੜ੍ਹੇ ਗਿਆ ਸੁਭਾ ਤਖਤ ਕੀ ਰਾਤ ਵਿੱਚ ਹਾਣ ਦੀ ਹੁੰਦਾ ਫੈਲ ਸੁਨ ਰੂਫਾਂ ਹਾਰ ਨੇ ਤੇਰਾ ਨਿਕਲੇ ਜਦੋਂ ਨਿਬਲਾਉਣਾ ਨਿਕਲਦੀ ਹੁਣ ਸਾਨੂੰ ਤੂੰ ਦੱਸਦੀ ਵਿੱਚ ਚਮਚਾਂ ਦੇ ਨਾਲ ਹਾਰਨ ਦੇ ਵੇ ਕਦਾ ਵਗਦਾ ਸਮੁੰਦਰ ਖਲਦਾ ਹਾਏ ਵਿੱਚ ਨਵਾਦ ਦੇ ਟਾਈਮ ਤੋਂ ਸਾਡਾ ਆਉਂਦਾ ਤਾਂ ਮਤਬਾ ਚੱਲਦਾ ਉਹ ਕਿਹੜੀ ਫਿਲਮ 'ਚ ਕਹਿੰਦਾ ਹੁੰਦਾ ਕਹਿੰਦਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਪਿੰਡ ਵੱਲ ਨੂੰ ਭੱਜਦਾ ਹੁੰਦਾ ਉਦੋਂ ਮਾੜੇ ਦਿਨ ਨੇ ਬਿੱਲੀ ਜਦੋਂ ਕਰਦੀ ਸ਼ਹਿਰ ਨੂੰ ਅਲੜੇ ਤੂੰ ਦੱਬਦੀ ਕਿਉਂ ਕੁੜੇ ਇੱਥੇ ਸਾਰੇ ਸਮਝਦੇ ਕਿਉਂ ਯਾਰ ਨਿਹਤ ਤੇਰਾ ਨਿਕਲੇ ਜਦੋਂ ਨਿਬਲਾ ਨਾਲ ਨਿਕਲਦੀ ਰਹਿੰਦੀ ਨੀ ਹੁਣ ਸਾਨੂੰ ਤੂੰ ਦੱਸਦੀ ਇਦਾਂ ਬਾਈ ਦੇ ਇਸ਼ਾਰੇ ਬਹੁਤ ਟਾਈਮ ਦੇ ਦੇਖੀ ਜਾਂਦੇ ਭਾਈ ਸਾਹਿਬ ਰੱਖੀਗਾ ਹਾਈ ਚੜੀ ਜਵਾਨੀ ਨਾਲ ਸਰਕਾਰਾਂ ਕਰਦੀਆਂ ਘਾੜਾ ਮਾੜਾ ਬੇਰੁਜ਼ਗਾਰੀ ਦੇ ਵਿੱਚੋਂ ਰਲ ਗਿਆ ਆ ਤੇਰਾ ਯਾਰ ਡਿਗਰੀਆਂ ਹਾਏ ਕੰਨ ਲਾ ਕੇ ਮਿੱਤਰਾਂ ਦੀ ਗੱਲ ਸੁਣ ਬਿਲੋ ਨੀ ਮਿਲੇ ਨਾ ਪਿਆਰ ਉਤੋਂ 250 ਦੀ ਕਿਲੋ ਨੀ ਹਾਏ ਦੱਸ ਲਵਾਂ ਮੈਂ ਸਹਾਰਾ ਕਾਸਤਾ ਮੁੰਡਾ ਬੇਰੁਜ਼ਗਾਰ ਚੱਲਦਾ ਹਾਂ ਕਿਤੇ ਛੱਡਦੀ ਨਾ ਕਹੀ ਕੇ ਅਮਲੀ ਹਾਏ ਤੇਰਾ ਕਾਲਾ ਤੇ ਯਾਰ ਚੱਲਦਾ ਆਲੇ ਦੇ ਛੱਡਦੀ
ਚੱਟੇ ਦੁੱਧ ਵਰਗੇ ਛੜਾ ਨਹੀਂ ਲੱਗਦਾ। ਛੜਾ ਦਾ ਕੰਮ ਕੀ ਹੁੰਦਾ ਪਿੰਡ ਦੇ ਵਿੱਚ? ਜਿਹੜੇ ਨਵੇਂ ਵਿਆਹੇ ਜੋੜੇ ਹੁੰਦੇ ਉਹਨਾਂ ਨੂੰ ਠਿੱਠ ਕਰਨਾ। ਹਾਂ ਜੀ,
ਆਹੀ ਜਿਹੜਾ ਤੁਸੀਂ ਕਰਦੇ ਹੋ। ਇੱਕ ਦਿਨ ਨਵੀਂ ਵਿਆਹੀ ਛੜੇ ਨੂੰ ਲਾਂਭਾ ਦਿੰਦੀ ਹੈ, ਕੀ ਕਹਿੰਦੀ ਆ, ਪਰ ਫੁੱਟੂ ਚਲਾ ਪਰ ਫੁੱਟੂ ਚਲਾਇਆ ਬੱਲ ਵਿੱਚ ਮਾਰੀ ਇੱਕ ਸੂਣਾ ਤੇ ਜਵਾਨੀਆਂ ਨੂੰ ਪਾਏ ਮੁੰਡੇ ਹਵੇ ਸਾਰੀ ਰਾਤ ਛੜੇ ਨੂੰ ਜ਼ਮੀਨ ਦਾ ਭਾਵੇਂ ਖੁੱਟਣਾ ਆਉਂਦਾ ਹੋਵੇ ਪਰ ਗੱਲਾਂ ਬਹੁਤ ਆਉਂਦੀਆਂ। ਅੱਗੇ ਛੜਾ ਕੀ ਬੋਲਦਾ, ਕਮੇਟੀ ਦੀ ਫਰਮਾਇਸ਼ ਕਹਿੰਦੇ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ, ਖੰਨੇ ਵਾਲਿਆਂ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ, ਮੰਚ ਤੇ ਜਿਹੜਾ ਵੀ ਤੁਹਾਡੀ ਐਨਰਜੀ ਏਦਾਂ ਹੀ ਕਾਇਮ ਰਹੇ ਮੰਚ ਤੇ ਧਿਆਨ ਦਿਓ ਜਰਾ, ਅੱਖਾਂ ਦੇ ਵਿੱਚ ਅੱਖਾਂ ਤਾਂ ਪਾ ਲੈ ਮੇਰੇ ਵੱਲ ਨੂੰ ਕਰਕੇ ਮੂੰਹ ਮਿੱਤਰਾ, ਹਾਏ ਉੱਥੇ ਕਿਹੜਾ ਦੁਨੀਆ ਹਮਾਰੀ ਵਸਦੀ ਹੋ ਜਿੱਥੇ ਹੈ ਨਹੀਂ ਤੂੰ ਦੀ ਮਿੱਤਰਾ, ਵੇ ਕਿੰਨੇ ਸੋਹਣੇ ਸੀ ਲਿਖਦਾ ਗਾਣੇ ਕਿਹੋ ਜਿਹੇ ਹਾਲਾਤ ਹਮੇਸ਼ ਪਿਆ, ਅਮੀਰ ਬਣ ਕੇ ਕਿਸੇ ਨੂੰ ਸੱਟ ਫੇਟ ਲੱਗਣੀ ਹੈ ਕਿਉਂਕਿ ਤੁਹਾਡੇ ਕਰਕੇ ਅਸੀਂ ਕੌਣ ਜੇ ਤੁਹਾਨੂੰ ਝਰੀਟ ਆ ਗਈ ਸਾਡਾ ਮਰਨ ਹੋ ਜਾਣਾ, ਮੇਰੇ ਵੱਲ ਨੂੰ ਕਰਕੇ ਮੂੰਹ ਮਿੱਤਰਾ, ਹਾਏ ਉੱਥੇ ਕਿਹੜਾ ਦੁਨੀਆ ਵੀ ਵਸਦੀ ਹੋ ਜਿੱਥੇ ਹੈ ਨੀ ਤੂੰ ਮਿੱਤਰਾ, ਵੇ ਕਿੰਨੇ ਸੋਹਣੇ ਸੀ ਲਿਖਦਾ ਗਾਣੇ ਕਿਹੋ ਜਿਹੇ ਹਾਲਾਤ ਪੇਸ਼ ਪਿਆ, ਮੈਨੂੰ ਤਾਂ ਗੱਲ ਨਿੱਕੀ ਵੀ ਲੱਗਦੀ ਹੈ ਚੱਲ ਆਦਤ ਰਿਟ ਜਾਣੇ ਤੇ ਚੱਲ ਆਦਤ ਰਿਟ ਜਾਣੇ ਤੇ ਨਾ ਸਮੇਂ ਤੂੰ ਮਿੱਥਿਆ, ਹਾਏ ਜਿਸ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਅੱਗੇ ਕੀ ਸੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਉੱਪਰ ਦੱਬਦਾ ਕਿੱਥੇ ਆ, ਲੈ ਫਿਰ ਜੇ ਭੰਗੜਾ ਪਾਉਣਾ ਆਪੋ ਆਪਣੀ ਜਗ੍ਹਾ ਤੇ ਖੜ ਕੇ
ਆਉਣ ਦਾ ਜ਼ਰਾ ਗੁੱਲੀ ਡਾਂਡਾ ਤੇ ਪੈਲਟਕਾ ਗੋਲੀਆਂ ਨਾਲ ਖੇਡਦੇ ਹੁੰਦੇ ਇਹਨਾਂ ਨੇ ਸਾਡੀਆਂ ਆਵਾਜ਼ਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਂ ਜੇ ਨਾ ਹੁੰਦੇ ਤਾਂ ਸ਼ਾਇਦ ਸਾਡੇ ਲਈ ਵੀ ਪਰਫਾਰਮ ਕਰਨ ਦਾ ਬਹੁਤ ਔਖਾ ਸੀ ਇੱਕ ਵਾਰੀ ਜ਼ੋਰਦਾਰ ਗਾੜੀਆਂ ਮਾਰੋ ਕੋਈ ਪਤਾ ਨਹੀਂ ਹਾਂਜੀ ਆਵਾਜ਼ ਥੋੜੀ ਦੇਰ ਦੇ ਲਈ ਪਲੀਜ਼ ਬੰਦ ਕਰ ਦਿੱਤੀ ਜਾਵੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬੀਆਂ ਦਾ ਮਾਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਭੈਣ ਜੀ ਸਾਡੇ ਸਤਿਕਾਰਯੋਗ ਭੈਣ ਜੀ ਮਨਪ੍ਰੀਤ ਕੌਰ ਜੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਦਾ ਦੁਸਹਿਰਾ ਕਮੇਟੀ ਖੰਨਾ ਵੱਲੋਂ ਹਾਰਦਿਕ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਉਹਨਾਂ ਦੇ ਇੱਥੇ ਪਹੁੰਚਣ ਤੇ ਵੀ ਆਈ ਪੀ ਸਟੇਜ ਦੇ ਉੱਤੇ ਜਿੰਨੀਆਂ ਮੇਰੀਆਂ ਭੈਣਾਂ ਬੈਠੀਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦਾ ਮੁੱਖ ਮਹਿਮਾਨ ਭੈਣ ਮਨਪ੍ਰੀਤ ਕੌਰ ਜੀ ਦਾ ਸਵਾਗਤ ਕਰਨ ਦੇ ਲਈ ਉਹ ਅੱਗੇ ਆ ਜਾਣ ਤਾਂ ਜੋ ਉਹਨਾਂ ਨੂੰ ਹੋ
ਜੇ ਭੈਣ ਜੀ ਪਹੁੰਚਿਆ ਮੈਂ ਮੋਸਟ ਵੈਲਕਮ ਕਰਦਾ ਜੀ ਆਇਆ ਆਖਦਾ ਬਸ ਦਿਲ ਹੀ ਤੇਰੇ ਯਾਰ ਨੂੰ ਦੱਬਣ ਨੂੰ ਸਿੱਕੇ ਤੁਹਾਡੇ ਕਰਕੇ ਚੱਲੇ ਆ ਬੇਟਾ ਚੱਲਣੇ ਸਿੱਕੇ ਆ ਨਿਕਰ ਯਾਰ ਨੂੰ ਦੱਬਣ ਨੂੰ ਫਿਰ ਦਸੀ ਪਰਦਾ ਬਤਾ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾ ਉਹ ਕੱਪੜੇ ਵਾਲੀ ਜੀਪ ਦੇ ਟਾਕਰ ਆਉਂਦੀ ਕਾਲੀ ਨਾ ਉਹ ਤਿਰਛੇ ਤਿਰਛੇ ਤੂੰ ਮੂੰਹ ਛੋਕੇ ਵਾਲ ਕਿਉਂ ਰੱਖਦੇ ਹੋ ਚਲੋ ਇਹ ਬਤਾਓ ਹਰ ਵਕਤ ਅੱਖ ਤੂੰ ਮਲਾਜ ਕਿਉਂ ਰੱਖਦੇ ਹੋ ਆ ਕੁਛ ਨੀ ਹੋਆ ਮੈਡ ਮੁਕਸ ਕਈ ਅੱਖ ਮੈਂ ਮਾਖੀਏ ਟੀਜ਼ਰ ਹੀ ਵੇਖਿਆ ਹੈ ਪਿਕਚਰ ਤਾਂ ਬਾਕੀ ਹੈ ਆਲੇ ਦਿਨਾਂ ਤੋਂ ਬਰਕਤ ਕਾਲੀ ਨਾ
ਨਿਗਾਹ ਇਹ 2 ਲੀਟਰ ਕੀ ਪੈਪਸੀ ਨੇ ਜੋ
ਜਾ ਕੇ ਕੇਸ ਕਰੀਏ ਕਿਸ ਤਰ੍ਹਾਂ ਨਾ ਹੋਇਆ ਖਤਾਇਆ ਮੁੰਡਾ ਇੰਡੀਆ ਦਾ ਪੀ ਆਰ ਸੋਹਣੀ ਹੈ ਤੇਰੇ ਵਾਲਾ ਬਾਹਰ ਪਕਾਇਆ ਕਿਹੜੀ ਕੋਰਟ ਵਿੱਚ ਜਾ ਕੇ ਕੇਸ ਕਰੀਏ ਕਿਸ ਤਰ੍ਹਾਂ ਨਾ ਜਿਹੜੇ ਬੈਰੀਕੇਡਿੰਗ ਫੜੀ ਖੜੇ ਨਾ ਸੱਟ ਨਾ ਖਾ ਲਿਓ ਭਰਾ ਬਣ ਕੇ ਧੱਕਾ ਨਾ ਕਰੋ ਜਿਹੜੇ ਬੰਦੇ ਆਤਿਸ਼ਬਾਜ਼ੀ ਚਲਾ ਕੇ ਅੱਛਾ ਅਲਾ ਗੱਲ ਸੁਣੋ ਨਾ ਟੋਪੀ ਦੀ ਹਾਏ ਟੋਪੀ ਵੱਜਦੀ ਆ ਵੀਰ ਹਾਏ ਅਖੀਰ ਟੋਪੀ ਟੋਪੀ 100 ਦੀ ਜਾਂ 500 ਦੀ ਆਈ ਟੋਪੀ ਖਾਰੇ ਇੰਨਾ ਕਿਉਂ ਜ਼ਮਾਨਾ ਤੇ ਅਜ ਹੋਇਆ ਇੱਥੇ ਭਾਈਆਂ ਨੂੰ ਪਾਈ ਜਾਂਦਾ ਜੇ ਗੱਲ ਸਮਝ ਆ ਗਈ ਰੌਲਾ ਪਾ ਦਿਓ ਦੁਸ਼ਹਿਰਾ ਕਮੇਟੀ ਖੰਨਾ ਦੇ ਜਿਹੜੇ ਵੀ ਟੋਪੀ ਵੱਜਦੀ ਆ ਵੀਰ ਹਾਏ ਅਖੀਰ ਜਾ ਰਹੇ ਨੇ ਟੋਪੀ 100 ਦੀ ਜਾਂ 500 ਦੀ ਤਾਂ ਜੋ ਕੋਈ ਹੋਰੇ ਇੰਨਾ ਕਮ ਸਮਾਨਾ ਤੇਜ ਹੋਇਆ ਇੱਥੇ ਭਾਈਆਂ ਨੂੰ ਪਾਈ ਜਾਂਦਾ ਹੈ ਔਰ ਟੋਪੀ ਸਰ ਤੇ ਹੀ ਚੱਕਦੀ ਹੈ ਵੀਰ ਮੇਰਾ ਹੈ ਵੀਰ ਮੇਰਾ ਹੈ ਵੀਰ ਮੇਰਾ ਮਾੜੀ ਹੁੰਦੀ ਆ ਕਿਸੇ ਨੂੰ ਮਾੜੀ ਹੁੰਦੀ ਆ ਕਿਸੇ ਨੂੰ ਪਾਈ ਟੋਪੀ ਉਹ ਪੈਲੀ ਵੇਚ ਕੇ ਟੋਪੀ ਦਾ ਮੁੱਲ ਲਾਇਆ ਹੈ ਮੁੱਲ ਲਾਇਆ ਮੁੱਲ ਲਾਇਆ ਹਾਰ ਮਹਿਕ ਨੂੰ ਰਾਸ ਮਸਾ ਥਰਮਿਆਲਾ ਨੂੰ ਰਾਸ ਮਸਾ ਸੋ ਆ ਜਿਹੜੇ ਸਿਰ ਦੇ ਲੈਣ ਵਾਲੀ ਟੋਪੀਆਂ ਇਹਨਾਂ ਦੀ ਮੈਂ ਗੱਲ ਨਹੀਂ ਕਰਦਾ ਉਹ ਟੋਪੀ ਦੀ ਗੱਲ ਕਰਦਾ ਪੈਂਦੀ ਇੱਕ ਬੰਦੇ ਤੇ ਕਰਜਾਊ ਸਾਰਾ ਟੱਬਰ ਹੋ ਜਾਂਦਾ ਏਦਾਂ ਦੀ ਟੋਪੀ ਤੋਂ ਬਚ ਕੇ ਰਿਹਾ ਕਰੋ ਲੈ ਕਾਰੋਬਾਰ ਹਾਂਜੀ ਮੂੰਹ ਮਿੱਠਾ ਵੀ ਕਰਵਾਉਂਦੇ ਹਾਂ ਹਰ ਰਜੂ ਮੇਰੀ ਸੋਲ ਜਵਾਨੀ ਦੇ ਭੋਰਾ ਵੀ ਫਿਕਰ ਨਾ ਪੈਂਦੀ ਜੀ ਤੂੰ ਸਜਦਾਂ ਕੀ ਕਰਦਾ ਵੇ ਕੁਛ ਦੀ ਨਾ ਸਖੀਆ ਮੈਨੂੰ ਮਰਗੀ ਮੈਂ ਮਰਗੀ ਹਾਂ ਕਿੱਦਾਂ ਦੇ ਲੇਖ ਲਖਾ ਬੈਲੀ ਨਾਲ ਪਾ ਕੇ ਬਹਿ ਗਈ ਸੋਹਣੇ ਹਰਾ ਤੇਰਾ ਕਾਰੋਬਾਰ ਸੋਹਣੇ ਹਰਾ ਤੇਰਾ ਕਾਰੋਬਾਰ
ਪਾਗਲ ਹਵੇ ਜਦੋਂ ਕੋਈ ਨਵੀਂ ਚੀਜ਼ ਲਾਉਣ ਚ ਹੁੰਦੀ ਹੈ ਪੁਰਾਣਿਆਂ ਦੀ ਮੈਨੂੰ ਪਾਗਲ ਹੋਇਆ ਤੇ ਜਦੋਂ ਅੱਛਾ ਆ ਗਾਣਾ ਤੁਸੀਂ ਕਿਹਨੇ ਕਿਹਨੇ ਸੁਣਿਆ ਜਾਗਰ ਪਿਆਰ ਵਾਲੀ ਨੱਕੋ ਨੱਕ ਭਰੀ ਜਾਗਰ ਪਿਆਰ ਵਾਲੀ ਨੱਕੋ ਨੱਕ ਭਰੀ ਤੁੰਦਾ ਪੈਰੀਆਂ ਦੇ ਹੱਕ ਚ ਬਿਆਨ ਬੋਲਦਾ ਰੱਬ ਵਰਗਾ ਸੀ ਤੇਰਾ ਯਾਰ ਮੈਂ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਨੀ ਬਾਕੀ ਸਾਰਾ ਪਿੰਡ ਕਾੜਾ ਕੋੜਾ ਵੇਖਦਾ ਬੰਦੀ ਇਹ ਗੱਲ ਰੱਖੀ ਚੁੱਕਾ ਹੈ ਪਹਿਲਾਂ ਤਾਂ ਹਾਲਾਤ ਸੀ ਖਰਾਬ ਬੰਦੀਏ ਨੀ ਬਾਕੀ ਸਮੇਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਮਿੱਤਰਾਂ ਨਾ ਹੋਈਆਂ ਮਾੜੀਆਂ ਨੀ ਬੰਦੇ ਉਦੇ ਉਦਾਂ ਦਿਲ ਚੋਂਡਲੀ ਮੈਂ ਆਪ ਚੁੱਪ ਰਹਿੰਦੀ ਗਰਦਾਤ ਬੋਲਦੀ ਨੀ ਨਾਲ ਅੱਧਾ ਕੁਦਾ ਖੰਨਾ ਸ਼ਰ ਰਹਿੰਦਾ ਬੰਦੀ ਮਿੱਤਰਾਂ ਨੂੰ ਮਿੱਠਾ ਮਿੱਠਾ ਤੂੰ ਵੇਖਦੀ ਬਾਕੀ ਸਾਰਾ ਪਿੰਡ ਕਾੜਾ ਕਾੜਾ ਇੱਕ ਵਾਰੀ ਫਿਰ ਸਾਰੇ ਕਲੱਬ ਦਾ ਸਾਰੇ ਪੁਲਿਸ ਪ੍ਰਸ਼ਾਸਨ ਦਾ ਸਪੈਸ਼ਲ ਥੈਂਕ ਯੂ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਜੋੜਿਆ ਦਿੱਤੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮੁਬਾਰਕਾਂ ਹੁਣ ਤੁਹਾਨੂੰ ਸਾਰਿਆਂ ਨੂੰ ਦੁਸਹਿਰੇ ਦੇ ਮੇਲੇ ਦੀਆਂ ਇੱਕ ਵਾਰੀ ਜੋਰ ਦਾ ਤਾੜੀਆਂ ਮਾਰ ਦਿਓ ਅੱਲਾ ਕਰਾ ਨੂੰ ਧੰਨਵਾਦ ਜੀ ਖੇਤੀ ਦੇ ਦਿੱਤਾ
ਤਿਆਰ ਕਾਨੇ ਨਾਲ ਛੇ ਛੇ ਫੁੱਟਦੇ ਕਹਿੰਦੀਆਂ ਕਹਾਉਂਦੀਆਂ ਦੇ ਦਿਲ ਲੁੱਟਦੇ ਜਿਹੜੇ ਤੇਰੀ ਚੇਲੇ ਹਰ ਕਾਨੇ ਬੱਕੇ ਆ ਜੱਟ ਕੋਲੇ ਰੱਖਦੇ ਨੀ ਕਹਦੇ ਟੂਸ਼ਣਾ ਜ਼ਿੰਦਗੀ ਦਾ ਸਕਦੇ ਅਸੂਲ ਗੋਰੀਏ ਲਹਿਰਾਂ ਦੀ ਤਾਂ ਕਾਫੀ ਤੇ ਵੀ ਡਾਂਟ ਕਰੀਏ ਮਿੱਤਰਾਂ ਦਾ ਜ਼ਾਲਮੀ ਕਬੂਲ ਹੋਵੇ Yeah.